ਮੈਂ ਰੋਂਦੀ ਸੀ ਉਹਨੇ ਪੁੱਛਿਆ ਕੀ ਗੱਲ ਛਧਰੇ ਦੀ ਗੱਡੀ ਸੀ ਉਹਨੇ ਪੁੱਛਿਆ ਕੀ ਗੱਲ ਮੈਂ ਕਿਹਾ ਮੇਰਾ ਮੀਆਂ ਰਾਤ ਦਾ ਵਾਕਿਆ ਦਾ ਉਹਨੇ ਕਿਹਾ ਕਿ ਅੱਛਾ ਹੱਸ ਲੱਗ ਪਿਆ ਉਹ ਚਲਾ ਗਿਆ ਤੁਰ ਆਇਆ ਮੈਂ ਉਹਦੇ ਪਿੱਛੇ ਨਾ ਰੋਂਦੀ ਰੋਂਦੀ ਤੁਰ ਗਈ ਆ ਤੇ ਉਹਨੇ ਮੈਨੂੰ ਇਸ ਵਾਲਾ ਸੀ ਪੁਲਿਸ ਵਾਲਾ ਸੀ ਉਹਨੇ ਮੈਨੂੰ ਇਹ ਦੱਸਿਆ ਆ ਕਿ ਤੇਰਾ ਮੀਆਂ ਨਾ ਡੈੱਡ ਹਾਊਸ ਚਲੀ ਅਸੀਂ ਛਧਰੇ ਥਾਣੇ ਗਏ ਅਸੀਂ ਉਹਨਾਂ ਨੂੰ ਅਪੀਲ ਕੀਤੀ ਅਸੀਂ ਮਿਹਨਤ ਕੀਤੀ ਤਰਲੇ ਕੀਤੀ ਅਸੀਂ ਰੋਏ ਕਰ ਲਈ ਮੈਂ ਉਨਾਂ ਨੇ ਮੈਂ ਕਿਹਾ ਮੇਰਾ ਮੀਆਂ ਤੁਸੀਂ ਰਾਤ ਦਾ ਫੜ ਕੇ ਲਿਆਏ ਮੈਨੂੰ ਦੱਸੋ ਕਿੱਥੇ ਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਇਹ ਦੱਸ ਦੋ ਮੈਂ ਰੋਣ ਲੱਗ ਪਈ ਇੱਕ ਦਰਵਾਜ਼ੇ ਅੱਗੇ ਜਿਹੜਾ ਚੌਂਕੀਦਾਰ ਖਲੋਤਾ ਹੁੰਦਾ ਉਹਨੇ ਮੈਂ ਪੁੱਛਿਆ ਕਿ ਚਾਚਾ ਮੈਨੂੰ ਦੱਸ ਦੇ ਕੇ ਮੇਰਾ ਬੰਦਾ ਕਿੱਥੇ ਆ ਤੇ ਮੈਂ ਕਿਸੇ ਨੂੰ ਨਹੀਂ ਦੱਸਦੀ ਉਹਨੇ ਮੈਨੂੰ ਚੁੱਪ ਕਰਕੇ ਕਿਹਾ ਕਿ ਮੁੰਛੀ ਹਸਪਤਾਲ ਚਲੇ ਜਾ ਆਰਮੀ ਦਾ ਮੁਲਾਜ਼ਮ ਸੀ ਸਾਨੂੰ ਇਨਸਾਫ ਚਾਹੀਦਾ ਮੇਰੀਆਂ ਦੋ ਬੱਚੀਆਂ ਜਿਤੇਮ ਹੋ ਗਈਆਂ ਮੇਰਾ ਮੀਆਂ ਨਿਆਂ ਕਿਸੇ ਨਾਲ ਕੋਈ ਦੁਸ਼ਮਨਦਾਰੀ ਨਹੀਂ ਹੁੰਦੀ ਸਾਨੂੰ ਤਕਲੀਫ ਹੁਣ ਦਿੱਤੀ ਨਹੀਂ ਜਦੋਂ ਫੋਟ ਹੋ ਗਿਆ ਉਦੋਂ ਤਕਲੀਫ ਦੇ ਕੇ ਚਲਾ ਗਿਆ ਹੈ ਸਾਨੂੰ ਪਾਪਾ ਆਇਆ ਪਾਪਾ ਆਇਆ ਜੇ ਅਸਲਾਮ ਅਲਕੂਰ ਤੋਂ 5 ਕੇ ਸਾਥ ਮੈਂ ਹੂੰ ਸ਼ੁਗੁਫਤਾ ਸਲੀਮ ਨੈਸ਼ਨਲ ਅੰਡਰਨੈਸ਼ਨਲ ਪਲੇਅਰ ਟੂ ਰੈਸਲਿੰਗ ਦਾ ਪਲੇਅਰ ਥਾ ਉਸਕਾ ਕਤਲ ਹੋ ਗਿਆ ਜਿਸਕਾ ਨਾਮ ਅਸਲਮ پرویز ਉਰਫ ਕੰਨਾ ਵਾਲਾ फैमिली का कहना है कि उसको जो है इनकाउंटर करके कत्ल किया गया है ये जो मेरे साथ बैठी है ये उसकी वालदा है और साथ जो है उसकी बीवी है और छोटी उसकी बेटियां हैं आया इस बात में कितनी सच्चाई है कि वाकई में उसको इनकाउंटर इनकाउंटर करके मारा गया है अगर इनकाउंटर करके मारा गया है तो क्या वजह थी इसमें पुलिस ने जानबूझ के किया है या उसे गलती से हुआ है ये सारी चीज़ें जो हैं इनसे जानते हैं असलकुम वालेकुम आपका क्या कहना है कि जो आपके हस्बैंड है उसका कत्ल हुआ है तो इनको पुलिस ने जान के कत्ल किया है क्या कहते जान बूझ के कत्ल किया है वो गया था घर से ईजी लोड करवाने पैसे उसकी बाजी का फ़ोन आया था मुझे ज़रूरत है और दो हज़ार रुपया चाहिए उसने कहा मेरे अकाउंट में पैसे हैं मैं अभी भेजता हूँ वो अकाउंट में पैसे कराने गया है वह इजी लोडर दुकान पर खलोता था ਕੁਝ ਦੋ ਮੁਲਾਜ਼ਮ ਆਏ ਉਹਨਾਂ ਨੇ ਆਵਾਜ਼ ਦਿੱਤੀ ਉਹ ਡਰ ਕੇ ਭਾਗ ਕਰ ਇੱਕ ਨੇਰੇ ਵਾਲੀ ਗਲੀ ਵਿੱਚ ਉਸ ਉਸ ਜਗ੍ਹਾ ਮੇ ਵੜ ਗਿਆ ਉਹ ਆਏ ਬਾਹਰ ਉਹਨਾਂ ਨੇ ਖਿੱਚਿਆ ਬਾਹਰ ਉਹਦੇ ਫੈਰ ਕੀਤਾ ਉਹਦੇ ਪਾਟੇ ਚ ਫੈਰ ਵੱਜ ਗਿਆ ਉਹਨੂੰ ਸਨ ਵਿੱਚ ਭਾਇਆ ਤੇ ਉਹਨੂੰ ਲੈ ਗਿਆ ਪੁਲਿਸ ਕਿਉਂ ਆਈ ਥੀ ਵਹਾਂ ਕੀ ਹੋ ਰਹਾ ਪੁਲਿਸ ਹਮੇ ਨਹੀਂ मालूम ਕਹਾ ਕਿਉਂ ਆਈ ਕਿਉਂ ਨਹੀਂ ਆਈ ਹਮੇ ਨਹੀਂ मालूम ਪਹਿਲੇ ਲੜ ਰਹੇ ਥੇ ਕਿਸੇ ਡਾਕੂ ਕੇ ਸਾਥ ਉਹ ਉਹਨਾਂ ਨੇ ਕਹਾ ਕਿ ਇਹ ਉਹਨਕੇ ਸਾਥ ਡਾਕੂ ਹੈ ਅੱਛਾ ਵਹਾਂ ਕੋਈ ਮਤਲਬ ਲੜਾਈ ਹੋ ਰਹੀ ਥੀ ਹਾਂਜੀ ਕਿੰਤੇ ਦਿਨ ਹੋ ਗਏ ਇਸ ਨੂੰ ਪੀਰ ਪੀਰ ਕੀ ਰਾਤ ਕੀ ਦਿਨੇ ਪੀਰ ਵਾਲੇ ਦਿਨ ਦੀ ਗੱਲ ਹੈ ਅੱਜ ਮਤਲਬ ਕਿੰਨੇ ਦਿਨ ਪੀਰ ਦੀ ਰਾਤ ਸੀ ਕਰੋ 8 ਵੇ 7 ਵੇ ਕਰੋ ਆਇਆ ਅੱਛਾ ਤੇ ਸਾਰੀ ਰਾਤ ਮੈਂ ਡੀਗ-ਡੀਰੀ ਘਰ ਨਹੀਂ ਆਇਆ ਤੇ ਤੁਹਾਨੂੰ ਫਿਰ ਕਿਵੇਂ ਪਤਾ ਚੱਲਿਆ ਕਿ ਸਾਨੂੰ ਪਤਾ ਚੱਲਿਆ ਕਿ ਸਾਨੂੰ ਕਿਸੇ ਨੇ ਦੱਸਿਆ ਕਿ ਤੁਹਾਡਾ ਮੁੰਡਾ ਕਤਲ ਹੋ ਗਿਆ ਪੁਲਿਸ ਲੈ ਗਈ ਫੜ ਕੇ ਉਹਦੇ ਫੈਰ ਵੱਜੇ ਅਸੀਂ ਸਿੱਧਾ ਰੇਟਾਣੇ ਗਏ ਅਸੀਂ ਉਹਨਾਂ ਨੂੰ ਅਪੀਲ ਕੀਤੀ ਅਸੀਂ ਮਿਹਨਤ ਕੀਤੀ ਤਰਲੇ ਕੀਤੀ ਅਸੀਂ ਰੋਏ ਕਰਲਾਈ ਮੈਂ ਉਨਾਂ ਨੇ ਮੈਂ ਕਿਹਾ ਮੇਰਾ ਮੀਆਂ ਤੁਸੀਂ ਰਾਤ ਦਾ ਫੜ ਕੇ ਲਿਆਇਆ ਮੈਨੂੰ ਦੱਸੋ ਕਿੱਥੇ ਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਮੈਂ ਕਿਹਾ ਦੱਸ ਦਿਓ ਮੈਂ ਰੋਣ ਲੱਗ ਪਈ ਇੱਕ ਦਰਵਾਜ਼ੇ ਅੱਗੇ ਜਿਹੜਾ ਚੌਕੀਦਾਰ ਖਲੋਤਾ ਹੁੰਦਾ ਉਹਨੇ ਮੈਂ ਪੁੱਛਿਆ ਕਿ ਚਾਚਾ ਮੈਨੂੰ ਦੱਸ ਦੇਗੇ ਮੇਰਾ ਬੰਦਾ ਕਿੱਥੇ ਆ ਤੇ ਮੈਂ ਕਿਸੇ ਨੂੰ ਨੇ ਦੱਸ ਦੇ ਉਹਨੇ ਮੈਨੂੰ ਚੁੱਪ ਕਰਕੇ ਕਿਹਾ ਕਿ ਮੁੰਛੀ ਹਸਪਤਾਲ ਚਲੇ ਜਾ ਸਾਨੂੰ ਰਾਤ ਦਾ ਸਵੇਰ ਪਤਾ ਲੱਗਾ ਜਾ ਕੇ ਮਤਲਬ ਸਾਰੀ ਰਾਤ ਇੰਤਜ਼ਾਰ ਸਾਰੀ ਰਾਤ ਇੰਤਜ਼ਾਰ ਦੀ ਗੁਜ਼ਰ ਗਈ ਸੇਵੀਆਂ ਬਕੋਣੀਆਂ ਘਰ ਦੇ ਕੇ ਗਿਆ ਕਿ ਆ ਪਕਾ ਤੇ ਮੈਂ ਆ ਰਿਆਂ ਲੋਡ ਕਰਵਾਨ ਗਿਆ ਕਰੋ ਬਸ ਇਹ ਮੁੰਚੀ ਹਸਪਤਾਲ ਮੁੰਚੀ ਹਸਪਤਾਲ ਮੈਂ ਗਈ ਮੁੰਚੀ ਹਸਪਤਾਲ ਉਹ ਮੈਨੂੰ ਪਤਾ ਚੱਲਿਆ ਕਿ ਇੱਥੇ ਕੋਈ ਬੰਦਾ ਨਹੀਂ ਆਇਆ ਉਤੋਂ ਫਿਰ ਇੱਕ ਮੁਲਾਜ਼ਮ ਟਕਰਿਆ ਮੈਂ ਰੋਂ ਰਹੀ ਸੀ ਉਹਨੇ ਪੁੱਛਿਆ ਕੀ ਗੱਲ ਛਧਰੇ ਦੀ ਗੱਡੀ ਸੀ ਉਹਨੇ ਪੁੱਛਿਆ ਕੀ ਗੱਲ ਮੈਂ ਕਿਹਾ ਮੇਰਾ ਮੀਆਂ ਰਾਤ ਦਾ ਵਾਕਿਆ ਦਾ ਉਹਨੇ ਕਿਹਾ ਕਿ ਅੱਛਾ ਹੱਸ ਲੱਗ ਪਿਆ ਉਹ ਚਲਾ ਗਿਆ ਤੁਰ ਆਇਆ ਮੈਂ ਉਹਦੇ ਪਿੱਛੇ ਨਾਲ ਰੋਂਦੀ ਰੋਂਦੀ ਤੁਰ ਗਈ ਆ ਤੇ ਉਹਨੇ ਮੈਨੂੰ ਇਸ ਵਾਲਾ ਸੀ ਪੁਲਿਸ ਵਾਲਾ ਸੀ ਉਹਨੇ ਮੈਨੂੰ ਇਹ ਦੱਸਿਆ ਆ ਕਿ ਤੇਰਾ ਮੀਆਂ ਨਾ ਡੈੱਡ ਹਾਊਸ ਚਲੀ ਗਿਆ ਡੈਡ ਹਾਊਸ ਮੈਨੂੰ ਨਹੀਂ ਪਤਾ ਸੀ ਕਿੱਥੇ ਮੈਂ ਗਈ ਮੈਂ ਜਾਣਦੇ ਆ ਪੁੱਛ ਡੈਡ ਹਾਊਸ ਵੇਖਿਆ ਤੇ ਅੱਗੇ ਮੁਰਦਾ ਖਾਨੇ ਮੇਰਾ ਮੀਆਂ ਪਿਆ ਆ ਸਾਨੂੰ ਵਜ਼ੀਰ ਆਲਾ ਕੋਲ ਫੀਲ ਹੈ ਕਿ ਸਾਨੂੰ ਇਨਸਾਫ ਚਾਹੀਦਾ ਮੇਰੀਆਂ ਦੋ ਬੱਚੀਆਂ ਜਿਤੇਮ ਹੋ ਗਈਆਂ ਮੇਰਾ ਮੀਆਂ ਨਿਆਂ ਕਿਸੇ ਨਾਲ ਕੋਈ ਦੁਸ਼ਮੰਦਾਰੀ ਨਹੀਂ ਹੁੰਦੀ ਹੈਗੀ ਨਾ ਆਉਣਾ ਕਿਸੇ ਨਾਲ ਕਦੀ ਵਾਅਦਾ ਕੀਤਾ ਨਾ ਕਿਸੇ ਨਾਲ ਕੱਟ ਕੀਤਾ ਕਦੀ ਕੋਈ ਇਹੋ ਜੀ ਗੱਲ ਹੋਈ ਕਿ ਜਿਹਦੇ ਚ ਪੁਲਿਸ ਸਾਨੂੰ ਫੜ ਕੇ ਲੈ ਕੇ ਗਈ ਹੋਈ ਕਦੀ ਐਫ ਆਈ ਆਰ ਉਹਦੇ ਤੇ ਹੋਈ ਹੋਈ ਐਫ ਆਈ ਆਰ ਉਹਦੇ ਤੇ ਇਹ ਹੋਈ ਏ ਇੱਕ ਦਫਾ ਨਾ ਲੜਾਈ ਹੋਈ ਸੀ ਉਹਨਾਂ ਦੀ ਤੇ ਉਥੇ ਇਹ ਫੈਕਟਰੀ ਏਰੀਆ ਦਾ ਵਾਕਿਆ ਉਹਨਾਂ ਦੀ ਲੜਾਈ ਹੋਈ ਚਵੀ ਦਾ ਪਰਚਾ ਹੋਇਆ ਉਹਨਾਂ ਤੇ ਤੇਲ ਉਹ ਉਹਨਾਂ ਨੇ ਮਦਈਆਂ ਸੁਲਾ ਕਰ ਲਈ ਚਵੀ ਦਾ ਪਰਚਾ ਉਹਨਾਂ ਨੇ ਕਰਵਾਇਆ ਉਹਨਾਂ ਕੋਈ ਨਹੀਂ ਫੈਰਿੰਗ ਫੋਰਨ ਕੀਤੀ ਉਹਨਾਂ ਤੇ ਉਹਨਾਂ ਕੋਲ ਜ਼ਾਰ ਨਹੀਂ ਹੈਗੇ ਕੋਈ ਜਿਹੜਾ ਫੈਰਫੋਰ ਕਰਦੇ ਉਹ ਨਹੀਂ ਹੈਗੇ ਤੇ ਉਹਨਾਂ ਦੇ ਪਰਚਾ ਹੋਇਆ ਚਾਰ ਪਰਚੇ ਉਹਦੇ ਤੇ ਚਾਰ ਪਰਚੇ ਦੂਸਰੇ ਉਹ ਆ ਘਰੋਂ ਆਏ ਆ ਘਰ ਆਏ ਬਿਜਲੀ ਦੇ ਬਾਰੇ ਚ ਘਟਕੇ ਲੱਗਾ ਭਾਈ ਤੇ ਉਥੋਂ ਦੇ ਤੇ ਚਾਰ ਪਰਚੇ ਹੋਏ ਹੈ ਬਸ ਹੋਰ ਕੋਈ ਪਰਚਾ ਨਹੀਂਗਾ ਰੈਸਲਿੰਗ ਤੋਂ ਇਲਾਵਾ ਕੀ ਕੰਮ ਕਰਦੇ ਹਿੱਟਾ ਦੇ ਸ਼ੌਕ ਰੈਸਲਿੰਗ ਜਦੋਂ ਆਰਮੀ ਦਾ ਮੁਲਾਜ਼ਮ ਸੀ ਮੁਲਾਜ਼ਮ ਸੀ ਆਰਮੀ ਦਾ ਹਾਂ ਤੇ ਕਾਰਡ ਵੀ ਉਹਦਾ ਖੋ ਲਿਆ ਉਹਨਾਂ ਨੇ ਹਰ ਚੀਜ਼ ਖੋਲੀ ਮੋਬਾਈਲ ਖੋ ਲਿਆ ਕਾਰਡ ਖੋ ਲਿਆ ਹਰ ਚੀਜ਼ ਸਾਨੂੰ ਕਿਸੇ ਚੀਜ਼ ਕਾਰਡ 24 ਘੰਟੇ ਜੇਬ ਚ ਰੱਖਦਾ ਸੀ ਹਜੇ ਵੀ ਆਰਮੀ ਵਿੱਚ ਸੀ ਹਾਂ ਆਰਮੀ ਜਿਸ ਆਰਮੀ ਨੂੰ ਫੋਨ ਕਰਕੇ ਪੁੱਛਿਆ ਅੱਛਾ ਤਾਂ ਕੀ ਲੱਗਦਾ ਕਿ ਉਹਦਾ ਕੀ ਜੁਰਮ ਸੀ ਕਿ ਉਹਨੂੰ ਰਾਤੋ-ਰਾਤ ਫੜਿਆ ਤੇ ਨਾਲ ਹੀ ਉਹਨੂੰ ਮਤਲਬ ਇਨਕਾਊਂਟਰ ਕਰਕੇ ਦਾ ਕਤਲੀ ਕਰ ਦਿੱਤਾ ਕੀ ਲੱਗਦਾ ਕੀ ਵਜ੍ਹਾ ਹੋ ਸਕਦੀ ਹੈ ਸਾਨੂੰ ਨਹੀਂ ਪਤਾ ਕੀ ਜੁਰਮ ਸੀ ਉਹਦਾ ਕੀ ਤੇ ਘਰੋਂ ਇਹ ਸਾਫ਼ ਸੀ ਦਿਨੇ ਘਰ ਸਾਰਾ ਦਿਨ ਘਰੋਂ ਬਾਹਰ ਨਹੀਂ ਨਿਕਲਦਾ ਸੀ ਰਾਤ ਨੂੰ ਬਾਹਰ ਨਹੀਂ ਨਿਕਲਦਾ ਹੁੰਦਾ ਸੀ ਤੇ ਕਦੀ ਬਾਹਰ ਨਹੀਂ ਘਰੋਂ ਛੇਤੀ ਨਿਕਲਦਾ ਹੁੰਦਾ ਸੀ ਕਾਰ ਹੀ ਹੁੰਦਾ ਸੀ ਸਾਰਾ ਦਿਨ ਮੇਰੇ ਕੋਲ ਰਹਿੰਦਾ ਹੁੰਦਾ ਸੀ ਤੇ ਉਹ ਦਿਨ ਉਹਨੇ ਉਹਦੀ ਬਾਜੀ ਨੇ ਫੋਨ ਕੀਤਾ ਕਿ ਮੈਨੂੰ ਲੋਨ ਕਰਵਾ ਦੇ ਪੈਸੇ ਚਾਹੀਦੇ 2000 ਰੁਪਏ ਦਾ ਰਹਾ ਬਾਈ ਮੈਨੂੰ 2000 ਦੇ ਦੇਉਣਾ ਕਿ ਮੇਰੇ ਕੋਲ ਕਾਉਂਟ 'ਚ ਪੈਸੇ ਮੈਂ ਧਾਰੇ ਮੈਂ ਤੈਨੂੰ ਧਾਰੇ ਕਿ ਦੇਣਾ ਤੂੰ ਮੇਰੀ ਭੈਣ ਆ ਮੈਂ ਤੈਨੂੰ ਕਾਉਂਟ 'ਚ ਕਰਵਾ ਦਿੰਦਾ ਤੇ ਜਦੋਂ ਆਰਮੀ ਦਾ ਵਿੱਚ ਜੌਬ ਵੀ ਕਰਦਾ ਸੀ ਤਾਂ ਫਿਰ ਉੱਥੇ ਵੀ ਜਾ ਕੇ ਤੁਸੀਂ ਹੈਲਪ ਦਾ ਪਤਾ ਕਰ ਨਹੀਂ ਹੁੰਨਾ ਸੀ ਨਹੀਂ ਕਿਤਾਬਾ ਕਿਤੇ ਵੀ ਸਾਨੂੰ ਮੌਕਾ ਹੀ ਨਹੀਂ ਮਿਲਿਆ ਐਸ ਤੋਂ ਇਲਾਵਾ ਕੀ ਕੰਮ ਕਰਦਾ ਸੀ ਐਸ ਤੋਂ ਇਲਾਵਾ ਕੰਮ ਕਰਦਾ ਸੀ ਉਹ ਸਕ੍ਰੈਪ ਦਾ ਕੰਮ ਕਰਦਾ ਸੀ ਸਕ੍ਰੈਪ ਦਾ ਹਾਂਜੀ ਅੱਛਾ ਕਿੰਨੇ ਅਰਸੇ ਤੂੰ ਕਰ ਰਹੇ ਸੀ ਇਹ ਦੋ ਸਾਲ ਹੋ ਗਏ ਸ਼ਾਦੀ ਦੀ ਜ਼ਿੰਦਗੀ ਕਿਹੋ ਜਿਹੀ ਸੀ ਕੈਸਾ ਸ਼ੋਹਰ ਸੀ ਬਹੁਤ ਅੱਛਾ ਸ਼ੋਅਰ ਸੀ ਜ਼ਿੰਮੇਦਾਰ ਸੀ ਅੱਛਾ ਵਕਤ ਗੁਜ਼ਾਰਦਾ ਸੀ ਅੱਛੀ ਜ਼ਿੰਦਗੀ ਉਹਨੇ گزارੀ ਜਿੰਨੇ ਵਿੱਚ گزار ਲਈ ਮੇਰੇ ਨਾਲ ਸਾਲ ਹੋਇਆ ਸ਼ਾਦੀ ਨੂੰ ਮੇਰੀ ਸ਼ਾਦੀ ਨੂੰ 2 ਸਾਲ 3 6 ਮਹੀਨੇ ਹੋਏ 2 ਸਾਲ 3 6 ਮਹੀਨੇ ਮਤਲਬ 2.5 ਸਾਲ ਹੋ ਗਏ ਕਦੀ ਲੜਾਈ ਨਹੀਂ ਹੋਈ ਕਦੀ ਕੋਈ ਅਸੀਂ ਕਦੀ ਨਹੀਂ ਅਸੀਂ ਲੜੇ ਨਾ ਕਦੀ ਬੋਲੇ ਅਸੀਂ ਕਦੀ ਕੋਈ ਗੱਲ ਨਹੀਂ ਕੀਤੀ ਸੀ ਬਹੁਤ ਪਿਆਰ ਨਾਲ ਰਹਿੰਦੇ ਸੀ ਅਸੀਂ ਬਹੁਤ ਚਾਹਤ ਨਾਲ ਰਹਿੰਦੇ ਹੁੰਦੇ ਸੀ ਕਿ ਸਾਨੂੰ ਕੋਈ ਤਕਲੀਫ ਨਹੀਂ ਹੁੰਦੀ ਸੀ ਸਾਨੂੰ ਤਾਂ ਤਕਲੀਫ ਹੋਣਾ ਦਿੱਤੀ ਨਹੀਂ ਜਦੋਂ ਫੋਟ ਹੋ ਗਿਆ ਉਦੋਂ ਤਕਲੀਫ ਦੇ ਕੇ ਚਲਾ ਗਿਆ ਸਾਨੂੰ ਉਹਨਾਂ ਦੀਆਂ ਨਿਸ਼ਾਨੀਆਂ ਉਹਦੀਆਂ ਚੀਜ਼ਾਂ ਨੇ ਤੈਨਾਂ ਨੂੰ ਦੇਖ ਕੇ ਫਿਰ ਹੋਰ ਜ਼ਿਆਦਾ ਇਹਨਾਂ ਨੂੰ ਵੇਖੇ ਰਹੋਣੇ ਆ ਬੈਠੇ ਰਹਿੰਦੇ ਆ ਵੇਖਦੇ ਤਸਵੀਰਾਂ ਵੇਖਦੇ ਆ ਹੋਰ ਕੀ ਦੇਖਣਾ ਰਹਿ ਗਿਆ ਕਾਗਜ਼ ਦੇ ਫੁੱਲ ਰਹਿ ਗਏ ਨੇ ਅਸਲ ਫੁੱਲ ਸਾਡਾ ਚਲਾ ਗਿਆ ਹੈ मेरे साथ वालदा भी मौजूद है मैं आपको एक बात बताऊं जी कि जिस वक्त आ, मैं यहाँ आई तो ये चीज़ें जब सजा रहे थे तो यकीन करें जिस तरह एक बेटी का जहेज़ सजाया जाता है ना उस तरह सजा रहे थे जब ये सजा रहे थे तो यकीन करें कि दिल जो है ना जैसे धड़कना बंद हो जाता है ना तो ये सिचुएशन थी कि ये किस तरह वो और इनका कहना है कि ये तो कुछ भी नहीं है इसके अलावा बहुत सारी ऐसी चीज़ें हैं जो उसकी आ, उसके नाम की थी जो उसने जो है हम लोगों के पास छोड़ दी हैं तो ये वालदाएँ हैं वालदा से भी बात करते हैं आंटी बेटे तो हमेशा प्यारे ही होते हैं जी तो अल्लाह पाक आपको सब्र जमीला फरमाए आपको क्या लगता है कि आपके बेटे के अंदर कोई ऐसी चीज़ थी ऐसी बात थी कि जो पुलिस के पुलिस ने उनके उसके, उसके साथ जो है ना ये वाला मामला किया है सलामैकम नहीं नहीं सी पैसे जमा कराना बच्ची ना मंगे भैन ना मैंने पैसे तो मैं मारा मैंने चाहिए ਓਏ ਮੇਰੇ ਕੋਲ ਇਦਾਂ ਗਿਆ ਵਾ ਉੱਥੇ ਕਿ ਝਗੜਾ ਹੋ ਰਿਆ ਵਾ ਕਿਸੇ ਦਾ ਪਤਾ ਨਹੀਂ ਕਿਹਦੇ ਨਾਲ ਉਹ ਇਹ ਗਿਆ ਤੇ ਨਾ ਵੇਖਿਆ ਪੁਲਿਸਾਂ ਤੇ ਉਥੇ ਨਾਲ ਦੁਕਾਨਵੀਆਂ ਉਹ ਨੇਰੇ ਵਾਲੀ ਗਲੀ ਚ ਵੜ ਗਿਆ ਮੈਨੂੰ ਫੜਨ ਨਾਲ ਲੈਣ ਲੜ ਗਿਆ ਇਹ ਮਗਰ ਨਾ ੜ ਤੁਰੇ ਉਹਦੇ ਵੱਲ ਵੀ ਇਹ ਕਿਧਰ ਵੜ ਗਿਆ ਉਹਨੂੰ ਫੜ ਕੇ ਇਹਦੇ ਗੋਲੀ ਨਾਲ ਚ ਮਾਰਦੇ ਉਹਨਾਂ ਤੇ ਮੁੜ ਕੇ ਉਹਨੂੰ ਬਾਹਰ ਲੈਂਦਾ ਉਹ ਭਾਗੇ ਤੇ ਗੱਡੀ ਤੇ ਲੱਗ ਗਿਆ ਪਰਲੇ ਗਰਾਊਂਡ ਵਾ ਮੱਚ ਸਬੈਟ ਦੇ ਕੋਲ ਉੱਥੇ ਲ ਜਾ ਕੇ ਇਹਨਾਂ ਉਹ ਕਹਿੰਦੇ ਦੱਸ ਤੂੰ ਪਤਾ ਨਹੀਂ ਕਿਸੇ ਨਾ ਮਗਰ ਪੈਸੇ ਭਰਤੇ ਦੁਸ਼ਮੰਦਰ ਨਾਲ ਇਹ ਨਹੀਂ ਸਾਨੂੰ ਪਤਾ ਉਹਨਾਂ ਨੂੰ ਪਤਾ ਕੋਈ ਦੁਸ਼ਮਣੀ ਤਾ ਨਹੀਂ ਸੀ ਤੁਹਾਡੇ ਬੇਟੇ ਨਾਲ ਕੋਈ ਦੁਸ਼ਮਣੀ ਨਹੀਂ ਚੰਗਾ ਅੱਛਾ ਬੱਚਾ ਜਿਹਾ ਉਹਨਾਂ ਨੇ ਕਿਸੇ ਨਾ ਕਿਹਾ ਵੀ ਜੇ ਕਿਸ ਮੁਕਬਲ ਮਗਰ ਲੱਗਾ ਸੋਦੇ ਉਹਨਾਂ ਨੇ ਕਿਹਾ ਜੇ ਉਹਨਾਂ ਵੇਖ ਉਹਨਾਂ ਨੇ ਕਿਹਾ ਜੇ ਜਿੰਦਾ ਰਹੇ ਤਾਂ ਮੈਨੂੰ ਮਾਰ ਦੇਗਾ ਤੈਨੂੰ ਇਹਨੂੰ ਮਾਰ ਦੋ ਉਹਨਾਂ ਮਗਰੋ ਗੱਲ ਸੁਣੋ ਉਹਨਾਂ ਮਗਰੋ ਪੈਸੇ ਭਰੇ ਕਿਸੇ ਨਾ ਇਹਨੂੰ ਜਾ ਸੱਚ ਨੂੰ ਜਮਸਪਾਈਆਂ ਨੂੰ ਇਹਨਾਂ ਫਿਰ ਜਾ ਕੇ ਪਰਲੇ ਗਰਾਊਂਡ 'ਚ ਤੋੜੈ ਨਾ ਐਨਾ ਫਿਰ ਉਹਨੂੰ ਉੱਥੇ ਅੱਧ ਬੱਕੀ ਚ ਮਾਰੀ ਆ ਤੈਨੂੰ ਭਾ ਮਾਰਦਾ ਸੂਬਾ ਰਾਤ ਮੈਂ ਸਾਰੇ ਲੱਭਦੇ ਰਹੀਆਂ ਲੱਭ ਲੱਭ ਕੇ ਤੇ ਮੈਂ ਨਹੀਂ ਆਇਆ ਫਿਰ ਇੱਕ ਸਵੇਰ ਬੰਦਾ ਆ ਵੀ ਉੱਥੇ ਆਦੇ ਚ ਆ ਗਿਆ ਮੈਲ ਚ ਤੁਹਾਡੇ ਬੱਚਾ ਜਿਹੜਾ ਮਿੱਕੀ ਨੱਟੀ ਵਿੱਚ ਆ ਗਿਆ ਪੁਲਿਸ ਦੀ ਹਾਂ ਮੁਕਾਬਲੇ ਚ ਮੈਂ ਕੱਲ ਤਾਂ ਵਿੱਚ ਮੈਂ ਪੁਲਿਸ ਮੁਕਾਬਲੇ ਚ ਮਾਰਦਾ ਹੁਣ ਇੰਜ ਕਹਿਦਾ ਫਿਰ ਮੈਂ ਲੱਭੀ ਮੈਂ ਕਿਤੇ ਮੇਰੇ ਥਾਣੇ ਪੱਜਣ ਟੇ ਸਾਨੂੰ ਨਹੀਂ ਦੱਸ ਘਰ ਰੋਇ ਕਰ ਲਾਏ ਆ ਸਾਡਾ ਬੱਚਾ ਦੇਖੋ ੱੱਕੇ ਮਾਰ ਬਰ ਕੋਈ ਸ਼ਾਇ ਨਹੀਂ ਸਾਡੇ ਕੋਲ ਕਸਮਾ ਕਰਾਣ ਚ ਕੋਈ ਸ਼ਾਇ ਨਹੀਂ ਸਾਨੂੰ ਪੁੱਲ ਦੋ ਥਾਣੇ ਮਾਚਸ ਵੜ ਗਿਆ ਇਧਰ ਗਿਆ ਨਹੀਂ ਦੱਸ ਸਾਨੂੰ ਨਾ ਖੀਰੀ ਬਿਰੋ ਬੱਚੀ ਗਈ ਆ ਇਹਨਾਂ ਫਿਰ ਆਪ ਕਿਆ ਰੋਇ ਕਰ ਰਾਏ ਕਹਿੰਦੇ ਕਿੰਨੇ ਬੇਟੇ ਤੁਹਾਡੇ ਮੇਰੇ ਬੇਟੇ 5 5 ਬੇਟੇ ਇੱਕ ਮਫੂਤ ਪਹਿਲੇ ਹੋ ਗਿਆ ਸੀ ਦਾ ਇਹ ਕਿਹ ਹੋ ਗਿਆ ਹੁਣ ਛੋਟੇ ਤਿੰਨ ਐ ਸਭ ਤੋਂ ਵੱਡਾ ਸੀ ਨਹੀਂ ਉਹ ਤਾਂ ਵੱਡਾ ਫੋਤ ਹੋ ਗਿਆ ਸੀ ਇਹ ਸਨ ਵਾਲਾ ਹੁਣ ਸਭ ਤੋਂ ਵੱਡਾ ਸੀ ਤੇ ਬਾਕੀ ਪੰਜ ਪੰਜ ਦੇ ਪਤਰੀਆਂ ਦੇ ਪਤੀਆਂ ਪੰਜ ਮੇਰੀਆਂ ਬੱਚੀਆਂ ਜਿਤੀਆਂ ਦੋਏ ਹੋ ਗਈਆਂ ਇਹਨਾਂ ਦਾ ਵਾਰਸ ਸੀ ਕਿ ਸਕ੍ਰੈਪ ਕਚਰਾ ਲੈਂਦਾ ਸੀ ਸਾਨੂੰ ਚੁਗੋ ਸਾਫ ਕਰੋ ਤੇ ਆਪਣੀ ਰੋਟੀ ਬਣਾਈਏ ਮਤਲਬ ਖੁਦ ਕਫੀਲ ਥਾ ਉਸ پورے ਘਰ ਦਾ ਖੁਦ ਕਫੀਲ ਥਾ ਆਪਕੇ ਹਸਬੰਡ ਹੈ ਜੀ ਤੁਹਾਡੇ ਅਮੀਰ ਸ਼ੋਹਰ ਹੈ ਹਾਂ ਨਹੀਂ ਮੇਰਾ ਸ਼ੋਹਰ 6 ਸਾਲ ਹੋ ਕੇ ਫੋਟੋ ਗਿਆ ਐਸੇ ਮੇਰਾ ਬੱਚਾ ਜਿਹਾ ਸੀ ਮੈਨੂੰ ਸਾਨੂੰ ਕਮਾਉਂਦਾ ਸਕ੍ਰੈਪ ਕਚਰਾ ਲਿਆ ਦੇਣਾ ਇਹ ਸਾਫ ਕਰਕੇ ਬੱਚੇ ਨੂੰ ਵੇਚ ਕੇ ਖਵਾ ਲੈਣਾ ਮਤਲਬ ਇਹ ਉਹ ਬਾਹਤ ਬੰਦਾ ਥਾ ਜੋ ਪੂਰੀ ਫੈਮਿਲੀ ਕੋ ਚਲਾਤਾ ਥਾ ਪੂਰੀ ਘਰ ਪੂਰੇ ਘਰ ਕੋ भ्रावा के बच्चे जटीम से इन बच्चियों का भी सहारा आ, था माँ का सहारा था अपने बच्चों का आ, सहारा बीवी का सहारा था वो अब वो तो सहारा इनके ने इनके पास नहीं रहा तो किस तरह ये गुजर, गुजर पसर करेंगे ये खुदा करके ना वजीर आल साफ देना चाहिए जतीम सा बहुत सीना गरीब बच्चे जटीम मेरे हो गए मैं कितों खाव तो कितों पीना मेरा बच्चा इन्हें नजायज़ मारा अभी ये छोटी सी बच्ची है जिसको कोई नहीं पता है कि बाप जो है उसने आना है जाना है ये चीज़ें अभी मैं जब आई हूँ तो मुझे कहने लगे कि मेरे पापा आने वाले हैं मेरे पापा मुझे चीज़ लेके अभी ये देखिए तो पापा कहाँ हैं आ रहे हैं पापा क्या नाम है पापा आया पापा आया कौन ये कल रात से एक ही जो है लफ्ज़ बोल रही है कि पापा आ रहे हैं पापा आ रहे हैं इस बच्ची का क्या कसूर था इस औरत का क्या कसूर था इस माँ का क्या कसूर था कि उसको जो है इस तरह ये पुलिस ने इनकाउंटर कर दिया है इसको इन इन लोगों को इंसाफ चाहिए इन लोगों की आवाज़ बने इन लोगों को इंसाफ किस तरह मिलेगा ये आप लोगों ने अपने कमेंट्स में बताना है कि इन लोगों को इंसाफ़ किस तरह मिलेगा आया क्या वाकई इनके साथ यही चीज़ हुई है या वो पुलिस में कोई ऐसी चीज़ में मुलव था इसके अलावा मेरे साथ एक और जो है आ, असलम जो है असलम परवेज़ उसका कज़न मौजूद है जो कि इस पूरी तफस को बताने वाला है कि आ, मैं मैं जब उसको पुलिस लेके गई थी तो किस तरह उसको पुलिस ने पकड़ा और कहाँ जा किस को इनकाउंटर किया और पुलिस ने क्यों उसको पकड़ा ये सारी तफसल जो है उससे पूछते हैं